हेलो। हाँ जी, सत श्री अकाल जी। होर जी, किवें जी? सारे वधिया ही, ठीक ठाक ही। तो सब तो पहला ही सारे वीरां भैणां नूं दिवाली दीआं मुबारकां। तो एक नाल थोड़े लिए जरूरी सूचना, थोड़े लिए जरूरी सूचना यह आ कि जिवें हुण आपां ही अजकल दौर चल रहा करोना वायरस का, तो आपां हुण सारे ही सैनेटाइजर की वरतों करते हाँ। तो तुसीं जिवें अपने बच्चों का ध्यान रखियो भी हत्थां नूं सैनेटाइजर करे तो बाद तां बच्चियां नूं अग दे कोल ना जाण दिओ। तां जिहड़ा सैनेटाइजर हुंदा तां उह अग फड़ लैंदा जी बहुत ज़्यादा छेती, तां कोई इदां दी घटना वापर सकदी आ। तां इह जिहड़ी हैगी आ जानकारी सारिआं नाल जरूर सांझी करिओ तां कि कोई इदां दी घटना ना वापरे। तुहानूं सारिआं नूं इक वारी फिर दिवाली दीआं बहुत बहुत मुबारकां। तो अज हुण आपां ही तुहानूं कुछ न्यू अपडेट देवांगे, जिवें कि हुण बैरगमो तो न्यू अपडेट आई आ। तो उत्थे जिहड़ियां हैगीआं जी पार्किंगां, जिवें गड्डी दीआं पार्किंगां जिहड़ियां, तां उह भी हुण फ्री कर दित्तीआं गईआं जी 3 दसंबर तक। भी जिहड़ियां इह पार्किंगां इह पिछले जिवें जिहड़ा ही हुण दौर आया सीगा जी करोना वायरस दा पहली लहर विच, तां उदों भी मार्च अप्रैल ते मई दे महीने विच जिहड़ियां इह फ्री कीतीआं गईआं तीआं। ਤਾਂ ਹੁਣ ਇੱਕ ਵਾਰੀ ਫਿਰ ਇਹ ਵੀ ਜਿਹੜਾ ਦੁਬਾਰਾ ਤੋਂ ਇਹ ਹੁਣ ਕਹਿਰ ਆਪਣੇ ਪਰ ਆਇਆ ਵੀ ਹੁਣ ਜਿਹੜਾ ਕਰੋਨਾ ਦਾ ਦੂਜਾ ਦੌਰ ਚੱਲ ਰਿਹਾ, ਤਾਂ ਉਹਦੀ ਵਜ੍ਹਾ ਕਰਕੇ ਵੀ ਜਿਹੜਾ ਹੀ ਹੁਣ ਜਿਵੇਂ ਬੈਰਗਮੋ ਆ ਤਾਂ ਉਹ ਲੰਬਰਦੀ ਆ ਆਪਣਾ, ਤਾਂ ਇਹ ਹੁਣ ਰੈੱਡ ਜ਼ੋਨ ਦੇ ਵਿੱਚ ਆ, ਤਾਂ ਉਹਦੇ ਕਰਕੇ ਵੀ ਜਿਹੜੀਆਂ ਹੁਣ ਮੁੜ ਕੇ ਦੁਬਾਰਾ ਤੋਂ ਵੀ ਜਿਹੜੀਆਂ ਗੱਡੀ ਦੀਆਂ ਜਿਵੇਂ ਪਾਰਕਿੰਗ ਆ ਜਿਹੜੀਆਂ ਪੈਸੇ ਵਾਲੀਆਂ ਜਿਹਦੀ ਆਪਾਂ ਜੀ ਪੇ ਕਰਦੇ ਹੁੰਦੇ ਆ ਪ੍ਰਕੇਜੋ, ਵੀ ਜਿਹੜੀਆਂ ਬਲਿਊ ਲੈਣ ਵਾਲੀਆਂ ਹੁੰਦੀਆਂ ਵੀ ਬਲਿਊ ਰੀਗੇ ਵਾਲੀਆਂ, ਤਾਂ ਇਹ ਉਹਨਾਂ ਨੂੰ ਹੁਣ 3 ਦਸੰਬਰ ਤੱਕ ਵੀ ਫ੍ਰੀ ਕਰ ਦਿੱਤਾ ਗਿਆ। ਫਿਰ ਉਹਦੇ ਹੁਣ ਤੁਹਾਨੂੰ ਪੈਸੇ ਨਹੀਂ ਤਾਰਨੇ ਪੈਣੇ ਵੀ ਜਦੋਂ ਹੁਣ ਤੁਸੀਂ ਗੱਡੀ ਪਾਰਕ ਕਰਦੇ ਆ। ਤਾਂ ਹੁਣ ਇਸ ਤੋਂ ਬਾਅਦ ਹੀ ਆਪਾਂ ਦੇਖੀਏ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਇਟਲੀ ਦੇ ਵਿੱਚ ਕੇਸ ਆਏ ਆ, ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਇਟਲੀ ਦੇ ਵਿੱਚ ਕੇਸ ਆਏ ਆ ਜੀ ਉਹ 40,902 ਨਵੇਂ ਕੇਸ ਆਏ ਆ, ਕਿ ਜਿਹੜੇ ਬਹੁਤ ਜ਼ਿਆਦਾ ਕੇਸ ਆਏ ਆ ਜੀ ਇਹ। ਅਤੇ ਹੁਣ ਜਿਹੜੇ ਕੇਸਾਂ ਦੀ ਗਿਣਤੀ ਆਈ ਉਹ 11,07,303 ਹੋ ਚੁੱਕੀ ਆ, ਅਤੇ ਜਿਹੜੀਆਂ ਹੁਣ ਤੱਕ ਡੈੱਥ ਹੋਈਆਂ ਜੀ ਉਹਨਾਂ ਦੀ ਗਿਣਤੀ ਹੋ ਚੁੱਕੀ ਆ 44,149, ਅਤੇ 550 ਨਿਊ ਡੈੱਥ ਹੋਈਆਂ ਜੀ ਜਿਹੜੀਆਂ ਪਿਛਲੇ 24 ਘੰਟੇ ਵਿੱਚ ਹੋਈਆਂ। ਅਤੇ ਜਿਹੜੇ ਠੀਕ ਹੋ ਚੁੱਕੇ ਆ ਜੀ 11 ਲੱਖ ਵਿੱਚੋਂ, ਤਾਂ ਉਹ 3,99,238 ਬੰਦਾ ਠੀਕ ਹੋ ਚੁੱਕੇ ਆ। ਅਤੇ ਇਸ ਟਾਈਮ ਐਕਟਿਵ ਕੇਸ ਆ ਜਿਹੜੇ, ਤਾਂ ਉਹਨਾਂ ਦੀ ਗਿਣਤੀ ਹੈਗੀ ਆ ਜੀ 6,63,926। ਜਿਹੜੇ ਬੰਦੇ ਇਸ ਟਾਈਮ ਸੀਰੀਅਸ ਕੰਡੀਸ਼ਨ ਦੇ ਵਿੱਚ ਆ, ਤਾਂ ਜੀ ਉਹਨਾਂ ਦੀ ਗਿਣਤੀ ਹੈਗੀ ਆ 3230 ਵੀ ਜਿਹੜੇ ICU ਦੇ ਵਿੱਚ ਆ ਜੀ ਬੰਦੇ। ਅਤੇ ਇਸ ਤੋਂ ਬਾਅਦ ਚੱਲਦਾ ਜੀ ਆਪਾਂ ਆਪਣੀ ਨੈਕਸਟ ਖਬਰ ਵੱਲ, ਉਹ ਵੀ ਖਬਰ ਹੈਗੀ ਆ ਜਿਹੜੀ ਇਟਲੀ ਤੋਂ। ਅਤੇ ਇਟਲੀ ਵਿੱਚ ਜਿਵੇਂ ਹੀ ਹੁਣ ਆਪਾਂ ਨੇ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਵੀ ਜਿਹੜੀ ਅੱਜ ਕੱਲ੍ਹ ਜਿਹੜੀ ਪੁਲਿਸ ਦੀ ਚੈਕਿੰਗ ਆਈ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਆ। ਅਤੇ ਹੁਣ ਇੱਦਾਂ ਹੀ ਇੱਕ ਇਕੱਲੇ ਬੰਦੇ ਨੂੰ ਜਿਹੜਾ ਕਿ ਮੋਟਰਸਾਈਕਲ 'ਤੇ ਜਾ ਰਿਹਾ ਸੀਗਾ, ਅਤੇ ਉਹਨੂੰ ਅਚਾਨਚੱਕ ਫੋਨ ਆ ਗਿਆ, ਤਾਂ ਉਹ ਫੋਨ ਸੁਣ ਰਿਹਾ ਸੀਗਾ ਜੀ ਖੜ੍ਹਾ, ਤਾਂ ਪੁਲਿਸ ਵੱਲੋਂ ਵੀ ਉਹਨੂੰ ਮੂਲ ਤਾਂ ਕੀਤਾ ਗਿਆ, ਉੱਧਰ ਤੋਂ ਪੁਲਿਸ ਆ ਗਈ। ਵੀ ਜਦੋਂ ਪੁਲਿਸ ਨੇ ਦੇਖਿਆ ਵੀ ਜਿਹੜਾ ਜੀ ਉਹਦੇ ਮਾਸਕ ਤਾਂ ਵੀ ਉਹ ਲੱਗਿਆ ਹੋਇਆ ਨਹੀਂ ਹੈਗਾ, ਤਾਂ ਜੀ ਉਹਨੂੰ ਫਾਈਨ ਕੀਤਾ ਗਿਆ। ਵੀ ਉਹ ਇਕੱਲਾ ਹੀ ਸੀਗਾ ਅਤੇ ਨਾਲ ਉਹਦੇ ਕੋਈ ਹੋਰ ਬੰਦਾ ਵੀ ਨਹੀਂ ਸੀਗਾ, ਤਾਂ ਉਹਦਾ ਕਹਿਣਾ ਵੀ ਮੈਂ ਇਕੱਲਾ ਸੀਗਾ, ਵੀ ਮੇਰੇ ਨਾਲ ਕੋਈ ਬੰਦਾ ਨਹੀਂ ਹੈਗਾ, ਵੀ ਮੈਨੂੰ ਜ਼ਰੂਰੀ ਨਹੀਂ ਹੈਗਾ। ਪਰ ਫਿਰ ਵੀ ਜਿਹੜੀ ਉਹਦੀ ਬੈਂਸ ਬਜਾਈ ਹੋਈ ਪੁਲਿਸ ਵਾਲਿਆਂ ਦੇ ਨਾਲ, ਤਾਂ ਪੁਲਿਸ ਵਾਲਿਆਂ ਨੇ ਉਹਨੂੰ 400 ਰੁਪਏ ਦਾ ਮੂਲ ਤਾਂ ਕੀਤਾ, ਅਤੇ ਉਹ ਹੁਣ ਇਹ ਕਹਿ ਰਿਹਾ ਵੀ ਜਿਹੜਾ ਇਹ ਮੈਂ ਮੂਲ ਤਾਂ ਭਰਨਾ ਨਹੀਂ ਹੈਗਾ, ਵੀ ਮੇਰੇ ਨਾਲ ਧੱਕਾ ਹੋਇਆ। ਅਤੇ ਜਿਹੜੇ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਗੱਡੀ ਵਿੱਚ ਜੇ ਆਪਾਂ ਇਕੱਲੇ ਵੀ ਹਾਂ ਤਾਂ ਵੀ ਅਸੀਂ ਮਾਸਕ ਲਗਾਉਣਾ ਜਾਂ ਨਹੀਂ ਲਗਾਉਣਾ, ਤਾਂ ਤੁਹਾਡੇ ਲਈ ਫਾਇਦਾ ਵੀ ਜਿਹੜਾ ਤੁਸੀਂ ਮਾਸਕ ਆ ਵੀ ਉਹਨੂੰ ਹਮੇਸ਼ਾ ਲਗਾ ਕੇ ਹੀ ਰੱਖੋ, ਜੇ ਤੁਸੀਂ ਘੁੰਮਣ ਫਿਰਨ ਵੀ ਬਾਹਰ ਜਾ ਰਹੇ ਹਾਂ ਤਾਂ ਜਿਹੜਾ ਤੁਹਾਡੇ ਮਾਸਕ ਲੱਗਿਆ ਹੋਣਾ ਚਾਹੀਦਾ, ਠੋਡੀ 'ਤੇ ਨਹੀਂ ਹੋਣਾ ਚਾਹੀਦਾ, ਨੱਕ 'ਤੇ ਲੱਗਿਆ ਹੋਣਾ ਚਾਹੀਦਾ, ਵੀ ਜਿਹੜਾ ਤੁਹਾਡੇ ਮਾਸਕ ਆ ਵੀ ਹਮੇਸ਼ਾ ਆਪਣਾ ਲਗਾ ਕੇ ਰੱਖੋ ਮਾਸਕ। ਅਤੇ ਇਸ ਤੋਂ ਬਾਅਦ ਹੀ ਆਪਾਂ ਦੇਖੀਏ ਹੁਣ ਫਰਾਂਸ ਦੇ ਵਿੱਚ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਕੇਸ ਆਏ ਆ ਜੀ ਉਹ 23,794 ਨਵੇਂ ਕੇਸ ਆਏ ਆ, ਅਤੇ ਉਹਦੇ ਜਿਹੜੀ ਡੈੱਥ ਦੀ ਗਿਣਤੀ ਆਈ ਉਹ 932 ਬੰਦੇ ਦੀ ਡੈੱਥ ਹੋਈ ਆ। ਵੀ ਡੈੱਥ ਜਿਹੜੀ ਫਰਾਂਸ ਵਿੱਚ ਕਾਫੀ ਜ਼ਿਆਦਾ ਡੈੱਥ ਹੋਈਆਂ, ਜਿਵੇਂ ਕਿ ਹੁਣ ਆਪਾਂ ਨੇ ਤੁਹਾਨੂੰ ਪਿਛਲੇ ਦਿਨ ਦੱਸਿਆ ਸੀਗਾ ਵੀ ਜਿਹੜੀਆਂ ਇਟਲੀ ਦੇ ਵਿੱਚ ਸਭ ਤੋਂ ਵੱਧ ਡੈੱਥ ਹੋਈਆਂ, ਤਾਂ ਹੁਣ ਹੀ ਪਿਛਲੇ 24 ਘੰਟਿਆਂ ਵਿੱਚ ਦੇਖੀਏ ਤਾਂ ਜਿਹੜੀ ਸਭ ਤੋਂ ਵੱਧ
ਵੀ ਡੈਥ ਹੋਈ ਆ ਆਲ ਵਰਲਡ ਦੇ ਵਿੱਚੋਂ ਆਪਾਂ ਦੇਖੀਏ ਤਾਂ ਜਿਹੜੀ ਹੁਣ ਉਹ ਡੈਥ ਹੋਈ ਆ ਜੀ ਉਹ ਫਰਾਂਸ ਦੇ ਵਿੱਚ ਹੋਈ ਆ ਜਿੱਥੇ ਕਿ 932 ਬੰਦੇ ਦੀ ਡੈਥ ਹੋਈ ਆ ਅਤੇ ਉਸ ਤੋਂ ਬਾਅਦ ਆਉਂਦੀ ਆ ਜੀ ਅਮੈਰੀਕਾ ਅਮੈਰੀਕਾ ਵਿੱਚ ਪਿਛਲੇ 24 ਘੰਟੇ ਵਿੱਚ 883 ਬੰਦੇ ਦੀ ਡੈਥ ਹੋਈ ਆ ਅਤੇ ਉਸ ਤੋਂ ਬਾਅਦ ਤੀਜੇ 'ਤੇ ਆ ਜਾਂਦਾ ਜੀ ਮੈਕਸੀਕੋ ਜਿੱਥੇ ਕਿ ਪਿਛਲੇ 24 ਘੰਟੇ ਵਿੱਚ ਸਭ ਤੋਂ ਵੱਧ ਡੈਥ ਹੋਈ ਆ ਤਾਂ 30 ਨੰਬਰ 'ਤੇ ਮੈਕਸੀਕੋ ਵਿੱਚ 626 ਬੰਦੇ ਦੀ ਡੈਥ ਹੋਈ ਆ ਅਤੇ ਉਸ ਤੋਂ ਬਾਅਦ ਚੌਥੇ ਨੰਬਰ 'ਤੇ ਅੱਜ ਇਟਲੀ ਆ ਜਿੱਥੇ ਕਿ 550 ਬੰਦੇ ਦੀ ਡੈਥ ਹੋਈ ਆ ਜੀ ਪਿਛਲੇ 24 ਘੰਟੇ ਦੇ ਵਿੱਚ ਅਤੇ ਸਪੇਨ ਵਿੱਚ ਦੇਖੀਏ ਤਾਂ ਸਪੇਨ ਵਿੱਚ ਵੀ ਜਿਹੜੇ ਪਿਛਲੇ 24 ਘੰਟੇ ਦੇ ਵਿੱਚ ਕੇਸ ਆਏ ਆ ਜੀ ਉਹ 21,371 ਨਵੇਂ ਕੇਸ ਆਏ ਆ ਅਤੇ ਉਰੇ 308 ਬੰਦੇ ਦੀ ਡੈਥ ਹੋਈ ਆ ਅਤੇ ਨਾਲ ਹੀ ਆਪਾਂ ਜੀ ਗੱਲ ਕਰੀਏ ਫਰਾਂਸ ਦੀ ਜਿਵੇਂ ਆਪਾਂ ਨੇ ਤੁਹਾਨੂੰ ਪਹਿਲਾਂ ਅਪਡੇਟ ਦਿੱਤੀ ਆ ਤਾਂ ਫਰਾਂਸ ਵਿੱਚ ਜਿਹੜੇ ਜੀ ਹੁਣ ਸਭ ਤੋਂ ਵੱਧ ਐਕਟਿਵ ਕੇਸ ਆ ਯੂਰਪ ਵਿੱਚੋਂ ਦੇਖਿਆ ਜਾਵੇ ਤਾਂ ਜੀ ਉਹ ਸਾਰੇ ਫਰਾਂਸ ਵਿੱਚ ਹੀ ਸਭ ਤੋਂ ਵੱਧ ਜਿਹੜੇ ਹੈਗੇ ਆ ਜੀ ਐਕਟਿਵ ਕੇਸ ਜਿੱਥੇ ਕਿ ਉੱਥੇ ਇਹ ਕੇਸਾਂ ਦੀ ਗਿਣਤੀ ਹੋ ਚੁੱਕੀ ਆ 17,41,457 ਕੇਸ ਆ ਵੀ ਜਿਹੜੇ ਐਕਟਿਵ ਕੇਸ ਆ ਜੀ ਫਰਾਂਸ ਦੇ ਵਿੱਚ ਅਤੇ ਜਿਹੜੇ ਆਈ ਸੀ ਯੂ ਵਿੱਚ ਬੰਦੇ ਆ ਤਾਂ ਉਹਨਾਂ ਦੀ ਗਿਣਤੀ ਤਕਰੀਬਨ 5,000 ਹੋ ਚੁੱਕੀ ਆ ਅਤੇ ਹੁਣ ਇਸ ਤੋਂ ਬਾਅਦ ਹੀ ਕੁਛ ਵੀਰਾਂ ਦੇ ਮੈਸੇਜ ਸੀਗੇ ਤਾਂ ਜੀ ਉਹ ਪੁੱਛ ਰਹੇ ਸੀਗੇ ਵੀ ਜਿਹੜੀ ਐਮੈਸੀ ਆਪਣੀ ਇੰਡੀਅਨ ਐਮੈਸੀ ਤਾਂ ਵੀ ਉਹ ਓਪਨ ਆ ਹਾਂਜੀ ਜਿਹੜੀ ਇੰਡੀਅਨ ਐਮੈਸੀ ਆ ਤਾਂ ਉਹ ਓਪਨ ਆ ਵੀ ਜੇ ਤੁਸੀਂ ਪਾਸਪੋਰਟ ਨਿਊ ਕਰਵਾਉਣੇ ਆ ਤਾਂ ਉਹਨਾਂ ਨੂੰ ਬਾਏ ਪੋਸਟ ਤੁਸੀਂ ਭੇਜ ਸਕਦੇ ਆ ਅਤੇ ਉੱਧਰ ਤੋਂ ਹੀ ਜਿਵੇਂ ਬਾਏ ਪੋਸਟ ਆ ਜਾਣੇ ਅਤੇ ਇਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਵੀ ਕੁਛ ਵੀਰਾਂ ਦੇ ਜਿਹੜਿਆਂ ਦੇ ਮੈਸੇਜ ਆਏ ਹੋਏ ਸੀਗੇ ਜਿਵੇਂ ਆਪਾਂ ਨੇ ਤੁਹਾਨੂੰ ਪਿਛਲੇ ਦਿਨਾਂ ਵਿੱਚ ਜਿਵੇਂ ਕਾਰਤਾ ਬਿਆਂਕਾ ਸੀ ਉਹਨੂੰ ਬਾਰੇ ਦੱਸਿਆ ਤਾਂ ਉਹਦੇ 'ਤੇ ਵੀ ਕੁਛ ਵੀਰਾਂ ਦੇ ਮੈਸੇਜ ਆਏ ਹੋਏ ਸੀਗੇ ਵੀ ਇਹ ਕਾਰਤਾ ਬਿਆਂਕਾ ਸੀ ਉਹਨੂੰ ਕਿਹਾ ਏ ਤਾਂ ਆਪਾਂ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸ ਚੁੱਕੇ ਹਾਂ ਵੀ ਜਿਹੜੀ ਕਾਰਤਾ ਬਿਆਂਕਾ ਸੀ ਉਹਨੂੰ ਆ ਤਾਂ ਜਿਵੇਂ ਕੋਈ ਇਟਾਲੀਅਨ ਸਿਟੀਜਨ ਬੰਦਾ ਤਾਂ ਉਹ ਦੂਜੇ ਬੰਦੇ ਨੂੰ ਸੀਓ ਨੂੰ ਦਵਾ ਸਕਦਾ ਵੀ ਦੂਜੇ ਕਿਸੇ ਹੋਰ ਨੂੰ ਨਹੀਂ ਦਵਾ ਸਕਦਾ ਵੀ ਉਹ ਜਿਵੇਂ ਜਿਹਦੇ ਨਾਲ ਉਹਦਾ ਰਿਸ਼ਤਾ ਜਿਵੇਂ ਆਪਣੇ ਮਾਂ ਬਾਪ ਨੂੰ ਅਤੇ ਆਪਣੇ ਜਿਵੇਂ ਵਾਈਫ ਨੂੰ ਦਵਾ ਸਕਦਾ ਜੀ ਉਹ ਜੇ ਤੁਹਾਡੇ ਹਸਬੈਂਡ ਕੋਲ ਸਿਟੀਜਨ ਹੈਗੀ ਇਟਾਲੀਅਨ ਪਾਸਪੋਰਟ ਹੈਗਾ ਤਾਂ ਉਹ ਆਪਣੀ ਵਾਈਫ ਨੂੰ ਦਵਾ ਸਕਦਾ ਤਾਂ ਇਹ ਇੱਦਾਂ ਹੀ ਜਿਵੇਂ ਜਿਹੜੀ ਤੁਹਾਨੂੰ ਇਹ ਸੀਓ ਨੂੰ ਮਿਲਦੀ ਆ ਕਾਰਤਾ ਬਿਆਂਕਾ ਵੀ ਉਹ ਜਿਹੜੀ ਦੂਜੀ ਸੀਓ ਨੂੰ ਹੁੰਦੀ ਆ ਕਾਰਤਾ ਸੀ ਉਹਨੂੰ ਤਾਂ ਉਹ ਹੁੰਦੀ ਆ ਜੀ ਕਾਰਡ ਵਾਲੀ ਇਹ 'ਚ ਹੀ ਜ਼ਿਆਦਾਤਰ ਫਰਕ ਹੁੰਦਾ ਬਾਕੀ ਇੰਨਾ ਫਰਕ ਨਹੀਂ ਹੁੰਦਾ ਜੀ ਇਹਦੇ ਵਿੱਚ ਅਤੇ ਥੋੜ੍ਹੀ ਇਹਦੀ ਜਿਹੜੀ ਪਾਵਰ ਆ ਵੀ ਉਹ ਵੱਧ ਦੱਸੀ ਜਾ ਰਹੀ ਆ ਵੀ ਜਿਹੜੀ ਦੂਜੀ ਆਪਣੀ ਨੋਰਮਲ ਸੀ ਉਹਨੂੰ ਹੁੰਦੀ ਆ ਤਾਂ ਉਹਦੇ ਨਾਲੋਂ ਇਹਦੀ ਪਾਵਰ ਜਿਹੜੀ ਵੱਧ ਹੁੰਦੀ ਆ ਅਤੇ ਬਾਕੀ ਇਹ ਜਿਵੇਂ ਤੁਸੀਂ ਹੁਣ ਇੰਗਲੈਂਡ ਦੇ ਤੌਰ 'ਤੇ ਜ਼ਿਆਦਾ ਵਰਤੀ ਜਾਂਦੀ ਸੀ ਵੀ ਜੇ ਤੁਸੀਂ ਇੰਗਲੈਂਡ ਜਾਣਾ ਤਾਂ ਕਾਰਤਾ ਬਿਆਂਕਾ ਸੀ ਉਹਨੂੰ ਨਾਲ ਤੁਹਾਨੂੰ ਐਂਟਰੀ ਮਿਲ ਜਾਂਦੀ ਸੀ ਅਤੇ ਬਾਕੀ ਜੇ ਤੁਸੀਂ ਹੋਰ ਕਿਤੇ ਜਾਣਾ ਹੈ ਕੈਨੇਡਾ ਜਾਣਾ ਜਾਂ ਅਮੈਰੀਕਾ ਜਾਣਾ ਤਾਂ ਤੁਹਾਨੂੰ ਵੀਜ਼ੇ ਆ ਜੀ ਜਿਹੜੇ ਉਹ ਇੰਡੀਅਨ ਪਾਸਪੋਰਟ 'ਤੇ ਲੈਣੇ ਹੀ ਪੈਂਦੇ ਤੇ ਅਤੇ ਇੰਗਲੈਂਡ ਜਾਣ ਲਈ ਜਿਹੜਾ ਵੀਜ਼ਾ ਤਾਂ ਜੀ ਉਹ ਲੈਣ ਦੀ ਲੋੜ ਨਹੀਂ ਹੈਗੀ ਜੇ ਤੁਹਾਡੇ ਪਾ ਕਾਰਤਾ ਬਿਆਂਕਾ ਸੀ ਉਹਨੂੰ ਆ ਵੀ ਇਹ ਹਜੇ ਹੁਣ 31 ਦਸੰਬਰ ਤੱਕ ਹੈਗਾ ਉਸ ਤੋਂ ਬਾਅਦ ਜਿਹੜੇ ਉਹ ਰੂਲ ਆ ਜੀ ਸ਼ਾਇਦ ਚੇਂਜ ਹੋ ਜਾਣੇ ਵੀ ਉਸ ਤੋਂ ਬਾਅਦ ਕੁਛ ਨਿਊ ਅਪਡੇਟ ਆਊਗੀ ਵੀ ਕਿੱਦਾਂ ਜਾ ਸਕਦੇ ਆ ਤੁਸੀਂ ਇੰਗਲੈਂਡ ਅਤੇ ਇਹ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹ ਕਿਵੇਂ ਹੁਣ ਮਿਲਦੀ ਆ ਤਾਂ ਇਹ ਅਟਾਰੀਨ ਪਾਸਪੋਰਟ ਵਾਲਾ ਬੰਦਾ ਹੀ ਤੁਹਾਨੂੰ ਦਵਾ ਸਕਦਾ ਇਹ ਸੀ ਉਹਨੂੰ ਅਤੇ ਇਹ ਜਿਹੜੀ ਪਹਿਲੀ ਵਾਰੀ ਮਿਲਦੀ ਆ ਇਹ ਵੀ ਤੁਹਾਨੂੰ 5 ਸਾਲ ਦੀ ਮਿਲੇਗੀ ਤਾਂ ਜਿਵੇਂ 5 ਸਾਲ ਦੀ ਉਹਨੂੰ ਮਿਲੇਗੀ ਜਿਹਦੇ ਪਰ ਨੋਰਮਲ ਸੀ ਉਹਨੂੰ ਆ ਜਾਂ ਤੁਹਾਡੇ ਪਰ ਕਾਰਤਾ ਸੀ ਉਹਨੂੰ ਆ ਤਾਂ ਵੀ ਤੁਸੀਂ ਇਹਨੂੰ ਚੇਂਜ ਕਰਾ ਕੇ ਕਾਰਤਾ ਬਿਆਂਕਾ ਸੀ ਉਹਨੂੰ ਲੈ ਸਕਦੇ ਹਾਂ ਅਤੇ 5 ਸਾਲ ਦੀ ਮਿਲਣ ਤੋਂ ਬਾਅਦ ਤਾਂ ਇਹ ਜਿਹੜੀ ਸਿਓਨ ਆ ਤੁਹਾਨੂੰ 5 ਸਾਲ ਪੂਰੇ ਹੋ ਜਾਣੇ ਤਾਂ ਉਸ ਤੋਂ ਬਾਅਦ ਇਹ ਤੁਹਾਨੂੰ ਅਗਲੀ ਵਾਰੀ 10 ਸਾਲ ਦੀ ਮਿਲੇਗੀ ਵੀ ਦੂਜੀ ਵਾਰੀ ਇਹਨਾਂ ਨੇ ਜਿਹੜੇ 5 ਸਾਲ ਆ ਜੀ ਉਹ ਹੋਰ ਵਧਾ ਦੇਣੇ ਤਾਂ ਵੀ ਜਿਹੜੀ ਤੁਹਾਨੂੰ 10 ਸਾਲ ਦੀ ਸੀ ਉਹਨੂੰ ਮਿਲੇਗੀ ਅਤੇ ਇਹ ਜਿਵੇਂ ਹੁਣ ਬਸ ਇਹੀ ਸੀਗੀ ਵੀ ਜਿਵੇਂ ਇਟਾਲੀਅਨ ਪਾਸਪੋਰਟ ਵਾਲੇ ਬੰਦਾ ਜਿਹੜਾ ਦੂਜੇ ਬੰਦੇ ਨੂੰ ਸੀ ਉਹਨੂੰ ਦਵਾਉਂਦਾ ਜਿਵੇਂ ਹੁਣ ਇਹਦੇ 'ਚ ਇਹ ਫਾਇਦਾ ਵੀ ਜਿਵੇਂ ਇੱਕ ਬੰਦੇ ਪਾ ਜਿਹੜਾ ਦੂਜਾ ਜਿਵੇਂ ਆਪਣੇ ਮਾਤਾ ਮੰਮੀ ਡੈਡੀ ਆ ਵੀ ਉਹਨਾਂ ਕੋਲ 1 ਸਾਲ ਦੀ ਸੀ ਉਹਨੂੰ ਆ ਤਾਂ ਉਹਨਾਂ ਨੂੰ ਹੀ 5 ਸਾਲ ਦੀ ਮਿਲ ਜਾਣੀ ਪਹਿਲੀ ਵਾਰੀ ਤਾਂ ਉਸ ਤੋਂ ਬਾਅਦ ਉਹ ਮੁੱਕੇ ਤੋਂ ਬਾਅਦ ਜਦੋਂ ਅਗਲੀ ਵਾਰੀ ਮਿਲਣੀ ਆ ਤਾਂ ਉਹਨੂੰ 10 ਸਾਲ ਦੀ ਮਿਲ ਜਾਣੀ ਅਤੇ ਇੱਦਾਂ ਇਹ ਕਾਰਤਾ ਬਿਆਂਕਾ ਸੀ ਉਹਨੂੰ ਇਹਨੂੰ ਕਹਿੰਦੇ ਆ ਇਹ ਜ਼ਿਆਦਾ ਇਹਦੇ 'ਚ ਕੋਈ ਹੋਰ ਫਰਕ ਨਹੀਂ ਹੁੰਦਾ ਕਾਰਤਾ ਸੀ ਉਹਨੂੰ ਮੰਗਣਾ ਵੀ ਬੰਦੇ ਨੂੰ ਈਜ਼ੀ ਉਹਦੇ 'ਚ ਕੋਈ ਪੇਪਰ ਪੂਪਰ ਨਹੀਂ ਪਾਸ ਕਰਨਾ ਪੈਂਦਾ
ਵੀ ਜਿਵੇਂ ਆਪਾਂ ਨੂੰ ਆਹ ਦੂਏ ਵਾਲਾ ਟੈਸਟ ਪਾਸ ਕਰਨਾ ਪੈਂਦਾ ਇੱਕ ਆ ਤਾਂ ਅਸੀਂ ਉਹਨੂੰ ਲੈਣ ਲਈ ਤਾਂ ਇਹਦੇ 'ਚ ਕੋਈ ਟੈਸਟ ਟੂਸਟ ਦੀ ਲੋੜ ਨਹੀਂ ਹੁੰਦੀ ਵੀ ਇਟਾਲੀਅਨ ਪਾਸਪੋਰਟ ਵਾਲਾ ਬੰਦਾ ਤੁਹਾਨੂੰ ਸੀ ਉਹਨੂੰ ਦਵਾ ਸਕਦਾ। ਅਤੇ ਇਹੀ ਸੀਗੀ ਅੱਜ ਦੀ ਜਿਹੜੀ ਛੋਟੀ ਜਿਹੀ ਵੀਡੀਓ, ਅਤੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕੁਛ ਹੋਰ ਨਿਊ ਅਪਡੇਟ ਦੇ ਨਾਲ। ਅਤੇ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਠੀਕ ਆ ਜੀ, ਹੈਪੀ ਦਿਵਾਲੀ ਸਾਰਿਆਂ ਨੂੰ, ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ, ਅਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।